ਸਮਾਨ ਨਾਲ ਕੁੜੀ ਦੇ ਬਾਹਰ ਲੈ ਆਏ। ਦੋ ਟਰਾਲੀਆਂ ਸੀਗੀਆਂ ਸਮੁੰਦੇ। ਟਰਾਲੀ ਕੀ ਹੁੰਦੀ ਆ? ਤੇਲ ਮਰ ਬਣ ਕੇ ਕਚੋਰੀ ਆ। ਇਹ ਫਿਰ ਹੈ ਨਾ ਕਿਰਸੀ ਔਰਤਾ, ਇਹ ਕਿਰਸੀ ਔਰ ਵੈਲਕਮ ਹੋਮ ਹੈ। ਤੂੰ ਵੀ ਹਣੀ ਸੌਂਵੇਂਗਾ, ਲੇਟੀਆਂ ਮਾਰ ਕੇ ਹੋ ਚੱਕ। ਅਸੀਂ 2 ਮਹੀਨਿਆਂ ਬਾਅਦ ਇਕੱਠੇ ਖਾਣਾ ਖਾਣਾ ਜੀ। ਨਵੇਂ ਵਲੌਗ ਵਿੱਚ ਸਵਾਗਤ ਹੈ। ਪ੍ਰਭਨੂਰ ਕੌਰ ਖੋਸਾ, ਏਕਮਨੂਰ ਕੌਰ ਖੋਸਾ, ਜੁਵੀ ਜਵਰਾਜ ਸਿੰਘ ਤੇ ਹਰਜੀਤ ਕੌਰ ਕੇਤਲੀ, ਜਾਣੀ ਕਿ ਹਰਜੀਤ ਕੌਰ। ਨਵੇਂ ਵਲੌਗ ਵਿੱਚ ਸਵਾਗਤ ਹੈ। ਪਿਛਲਾ ਵਲੌਗ ਸਾਡਾ ਲੰਮਾ ਹੋ ਚੁੱਕਾ ਸੀ ਤੇ ਅੱਜ 2 ਮਹੀਨਿਆਂ 1.5 ਮਹੀਨੇ ਬਾਅਦ ਵਲੌਗ ਬਣਾਇਆ ਸੀ। 2-2.5 ਮਹੀਨੇ ਹੋ ਗਏ ਨੇ ਮੈਨੂੰ ਗਈ ਨੂੰ, ਤੇ ਉਦੋਂ ਦਾ ਕੋਈ ਵਲੌਗ ਨਹੀਂ ਪਾਇਆਗਾ। ਓ ਮਾਈ ਗੋਡ! ਤੇ ਚਲ ਅਸੀਂ ਤੇਰੇ ਬਿਨਾਂ ਵਲੌਗ ਬਣਨੇ ਨਹੀਂ, ਕੰਮ 'ਚ ਬਿਜ਼ੀ ਨਹੀਂ ਨਾ ਇਹ ਕੰਮ। ਕਿਉਂ ਨਹੀਂ ਸੀ ਬਣਨੇ? ਬਣਾ ਹੀ ਸਕਦੇ ਸੀ। ਫਿਰ ਤੁਹਾਡਾ ਸਫ਼ਰ, ਉਹ ਮੈਂ ਵੀਡੀਓ ਕਾਲ ਲਾਉਂਦੀ ਰਹੀ ਆ, ਤੁਸੀਂ ਵੀਡੀਓ ਕਾਲ ਤੇ ਬਣਾ ਲੈਂਦੇ। ਨਹੀਂ ਕੁਛ ਨਹੀਂ ਬਣਾਈ ਦੇ ਹੁੰਦੇ। ਤੇ ਆ ਕੇ ਮੇਰੇ ਆ ਸਫ਼ਰ ਤੁਹਾਡਾ ਵਧੀਆ? ਉਹ ਕੀ ਕਹਿੰਦੀ ਆ? ਉਹਨਾਂ ਦਾ ਤਾਂ ਗੰਦਾ ਹੀ ਰਿਹਾ। ਜਦੋਂ ਮਲੇਸ਼ੀਆ ਤੋਂ ਇੰਨਾ ਅਸੀਂ ਤੁਰ ਕੇ ਗਈਆਂ ਤੇ ਸਾਡਾ ਬੁਰਾ ਹਾਲ ਹੋ ਗਿਆ। ਪਿਛਲੀ ਵਾਰੀ ਜੋ ਔਖੀਆਂ ਗਈਆਂ ਐਰ ਕੀ ਪਛਾਣ ਕੇ ਲੈ ਆਂਦਾ? ਇੱਥੋਂ ਤਾਂ ਨੇੜੇ ਹੋ ਗਿਓ, ਲੈ ਕੇ ਆਂਦਾ ਅੰਮ੍ਰਿਤਸਰੋਂ ਤੋਂ ਮੁੜ ਕੇ। ਚੱਲ ਇੰਨਾ ਕੁ ਸਮਾਨ ਨਾਲ ਕੁੜੀ ਦੇ ਬਾਹਰ ਲੈ ਆਏ। 2 ਟਰਾਲੀਆਂ ਸੀਗੀਆਂ ਸਮੁੰਦੇ। ਟਰਾਲੀ ਕੀ ਹੁੰਦੀ ਆ? ਉਹ ਰੇੜੀਆਂ। ਵੈਰੀ ਗੁੱਡ! ਇਹ ਭਾਸ਼ਾ ਵਰਤਣੀ, ਅੰਗਰੇਜ਼ੀ ਨਹੀਂ ਵਰਤਣੀ। ਜੁਵੀ ਜੁਵੀ ਤੁਹਾਡਾ ਅਕੈਡਮੀ ਚ ਲੱਗ ਚੁੱਕਾ, ਕ੍ਰਿਕਟ ਤੇ ਵੱਟ ਕੱਢੀ ਜਾਂਦਾ ਵਿਚਾਰ। ਰੇੜੀ ਸਹੀ, ਮੈਂ ਤਾਂ 2 ਮੀਟਰ ਹੀ ਬਣਦਾ ਇੱਕ ਅੰਗਰੇਜ਼ੀ ਦਾ, ਦੂਸਰਾ ਸਭ ਚ ਨਹੀਂ ਆ। ਜਿੰਨੀ ਸਾਰੀ ਸਬਜੈਕਟ ਜਿੰਨੀ ਮੈਨੂੰ ਆਉਂਦੀ ਸੀ, ਬਸ ਮੈਨੂੰ ਉਹਨੀ ਆਉਂਦੀ ਹੋ ਗਈ। ਉਹ ਵੀ ਮਾਰਦੀ ਸੀ, ਆ ਬੋਰਡਿੰਗ ਪਾਸ ਵੀ ਵਿਖਾਉਣ ਵਿਖਾਉਣ ਲੱਗਿਆ। ਐਕਸਕਿਊਜ਼ ਮੀ, ਐਕਸਕਿਊਜ਼ ਮੀ, ਬਸ ਨਹੀਂ ਕਰ। ਹਾਊ ਆਰ ਯੂ? ਹਾਊ ਆਰ ਯੂ? ਪਾਪ ਗਈ, ਹਾਊ ਆਰ ਯੂ? ਤਾਂ ਨਹੀਂ ਜੇ ਤੱਕਦੀ ਆਈ ਨਹੀਂ ਜੇ ਤੱਕ ਲਾਸਟ ਇਸ ਕਹੀਂ ਹਾਊ ਆਰ ਯੂ ਕਹੀਂ ਬੈਠਾ। ਮੈਨੂੰ ਪਤਾ ਉਹ ਪ੍ਰਭ ਦਾ, ਤੇਰਾ ਤਾਂ ਪਹਿਲਾਂ ਹੀ ਗੋਰਾ ਸੀ ਤੇ ਉੱਥੇ ਸਾਰਾ ਦਿਨ ਦੇ ਅੰਦਰ ਰਹਿੰਦੇ ਰਹੇ ਆ, ਕੁੰਜ ਠੰਡ ਸੀਗੀ। ਗੁੱਡ ਮਾਰਨਿੰਗ! ਹਾਂ, ਸ਼ੌਲ ਨਹੀਂ ਲੈ ਕੇ ਆਏ ਗਏ, ਇੱਧਰ ਮਰ ਕੇ ਇੰਨੀ ਇੰਨੀ ਗਰਮੀ ਆ ਤੇ ਅਸੀਂ ਸ਼ੌਲ ਦੇ ਮਾਰ ਕੋਟੀਆਂ ਕੱਟੀਆਂ ਤਾਂ ਪਾ ਕੇ ਲੈ ਕੇ ਇੰਨੇ ਇੰਨੇ ਆਏ। ਗੁੱਡ ਨਾਈਟ! ਮਿਲਦੇ ਅਗਲੀ ਗੱਲ। ਲਓ ਜੀ, ਇਸੇ ਦੇ ਨਾਲ ਆਪਾਂ ਪਹੁੰਚ ਚੁੱਕੇ ਹਾਂ, ਘਰੇ ਪਹੁੰਚਣ ਲੱਗੇ ਹਾਂ ਜੀ, ਘਰੇ ਪਹੁੰਚ ਚੱਲੇ ਆ। ਬੀਬੀਆਂ ਸਾਡੀਆਂ ਬਾਹਰ ਖੜੀਆਂ, ਗੁਰਦੀਪ ਹੋਣੀ ਤੇਲ ਚਵਾਈ ਕਰਦੇ ਹੋਏ ਹੌਲੀ ਹੌਲੀ। ਇਹ ਆਓ ਵੇ, ਇਹ ਆਓ ਵੇ, ਭੱਜੀ ਜਾਂਦੇ। ਉਹ ਕਿੱਥੇ ਆ? ਉਹ ਕੌਣ ਆ? ਕਹਿੰਦੀ ਉਹ ਕਿੱਥੇ ਆ? ਉਹ ਲੱਭੇ ਨੀ ਕੋਈ ਬੰਦੇ ਹਲੇ ਇਹਨਾਂ ਨੂੰ। ਇੱਥੇ ਮੱਛਰ ਵੱਜ ਵੱਜ ਕੇ ਬੁਰਾ ਹਾਲ ਗੱਡੀ ਦਾ ਹੋ ਚੁੱਕਿਆ। ਸਵੇਰੇ ਧਵਾਈਆਂ ਦਾ ਕੋਈ ਫਾਇਦਾ ਨੀ, ਰੁਪਈਏ ਦਾ ਵੀ। ਇਹ ਫਿਰ ਹੈ ਨਾ ਕਿਰਸੀ ਔਰਤ ਆ, ਇਹ ਕਿਰਸੀ ਔਰਤ ਆ, ਇਹ ਬਹੁਤ ਕਿਰਸੀ ਔਰਤ ਆ। ਨਿੱਕੀ ਮੰਮੀ ਆ, ਨਿੱਕੀ ਮੰਮੀ ਕੱਢਣੀ ਸੀਗੀ। ਆ ਲੈ ਮੰਮੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਸੀਂ ਐ ਕਦੇ ਗੱਡੀਆਂ ਵੱਡੇ ਕਮਰੇ ਚ ਕਰ ਦੇਣੀਆਂ ਸੀ ਹੈ? ਗੱਡੀਆਂ ਵੱਡੇ ਕਮਰੇ ਚ ਵਾੜ ਦੇਣੀਆਂ ਸੀ ਸਿੱਧੀਆਂ, ਅੰਦਰ ਵਾੜ ਦੇਣੀਆਂ ਸੀ, ਪਰ ਹੋਰ ਅੰਦਰ ਵਾੜਨ ਤੱਕ ਗਏ।
ਤੂੰ ਦੇਖ ਤੇਰੀਆਂ ਕੁੜੀਆਂ ਸਾਹਮਣੇ ਇਹ ਕੀ ਆ ਗਲਾ ਵੀ ਖਰਾਬ ਆ ਨੀ ਪੱਬੀਏ ਵੈਲਕਮ 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 ਹਾਂ ਮੈਂ ਵੈਲਕਮ ਹੋਮ ਤੈਨੂੰ ਬੜਾ ਚੇਤਾ ਰਹੇ ਤਾਂ ਕਦੋਂ ਛਿੱਤਰ ਪਿਆ ਤੈਨੂੰ ਕਦੇ ਛਿੱਤਰ ਨਹੀਂ ਪਿਆ ਤੈਨੂੰ ਜੂਹੀ ਹੋਣੀ ਸੌਂ ਗਿਆ ਲੇਟੀਆਂ ਮਾਰ ਕੇ ਉਹ ਚੱਕ ਲੈ ਲਓ ਜੀ ਕੇਕ ਪੇਸਟਰੀਆਂ ਆ ਚੁੱਕੇ ਨੇ ਵੈਲਕਮ ਵੈਲਕਮ ਹੋਇਆ ਵਿਆ ਆ ਛੋਟੀ ਹੋ ਗਈ ਆ ਛੋਟੀ ਹੋ ਗਈ ਆ ਉਹਦਾ ਕੱਦ ਵੱਧ ਗਿਆ ਤੇ ਨਿੱਕੀ ਹੋ ਗਈ ਤੇ ਹਰਲੀਨ ਨੇ ਵਾਲ ਕਟਾ ਲਏ ਹਰਲੀਨ ਨੇ ਵਾਲ ਕਟਾਈ ਉਹਨੇ ਸਾਊਥ ਕੋਰੀਆ ਵਾਲਾ ਕਰਾਇਆ ਕੋਰੀਅਨ ਵਾਲਾ ਕੋਰੀਅਨ ਸਟਾਈਲ ਕਟਾ ਗਿਆ ਜੀ ਕੱਲੀ ਹੋਵੇ ਖੁੱਲੀ ਹੋਵੇ ਵਾਹ ਕੱਦ ਬੜਾ ਹੋ ਗਿਆ ਉਹ ਵਿਰਾਜਮਾਨ ਆਪਦੀ ਗੱਦੀ ਤੇ ਹੋ ਚੁੱਕੀ ਹੈ ਰੰਗ ਇੱਥੇ ਨਾ ਬਾਲਾ ਸਾਫ ਹੋ ਗਿਆ ਪਰ ਵੈਸੇ ਉੱਥੇ ਰਹਿ ਗਏ ਉਹਦੇ ਵੀ ਗੋਰਾ ਹੋ ਗਿਆ ਤੇ ਹਾਂ ਉਹ ਗੁਰ ਜੁੱਟੀ ਹੋ ਗਈ ਪਕਾਨੇ ਪਕਾਨੇ ਚਾਹੀਦੀ ਤੁਰੀ ਜਾਂਦੀ ਮਾਰਿਆ ਹੋਰ ਕੋਈ ਆਵੇ ਹਾਏ ਨਾ ਆਵੇ
ਜਵਾਕ ਜੀ ਅਜੀਤ ਕੌਰ ਡਿਊਟੀ ਆਦਿ ਤੇ ਪਹੁੰਚ ਚੁੱਕੀ ਆ, ਇਹਦਾ ਸਿਰ ਦੁਖੀ ਜਾਂਦਾ, ਸਫ਼ਰ ਕਰਕੇ ਸਵਾਹ ਥੱਕੀ ਆ, ਸਿਰ ਦੁਖੀ ਜਾਂਦਾ ਹੁਣ ਮੰਮੀ ਸ਼ਾਮੀ ਕੱਲ ਸ਼ਾਮੀ ਵੇਖਿਆ ਇਹ ਗਈ, ਤੁਸੀਂ ਘਰੇ ਨੀ ਸੀ, ਇਹ ਗਈ ਭੈਣ ਮੱਝਾ ਕੁਰਸੀ ਡਾਈ, ਇਹਨੇ ਡੰਡਾ ਹੱਥ ਜੇ ਤੇ ਫੜਿਆ, ਬੀਬੀ ਨੇ ਆਪਦਾ ਹੋਈ ਪੁਰਾਣਾ ਜਿਹੜਾ ਜੋਬ ਆ ਉਹ ਆਉਂਦੇ ਸਾਰ ਹੀ ਨਾਲ ਹੀ ਵਰਕ ਤੇ ਹਰਜੀਤ ਕੌਰ ਨੂੰ ਡਿਊਟੀ ਬੜੀ ਪਈ, ਦੋ ਦੋ ਤਿੰਨ ਤਿੰਨ ਰੋਟੀਆਂ ਵਧੀਆ, ਉਹਨਾਂ ਨੂੰ ਪੱਕੀ ਪਕਾਈ ਮਿਲ ਜਾ ਕਰਨੀ, ਉਹਨੇ ਕਿਹੜਾ ਰਾਤ ਨੂੰ ਸਾਰੇ ਬੈਠੇ ਰਾਤ ਨੂੰ ਉਹਨਾਂ ਨੇ ਹੋਣਾ ਹੌਲੀ ਹੌਲੀ ਕਰਦਿਆਂ ਕਰਦਿਆਂ ਨਾ ਪੰਜ ਪੰਜ ਛੇ ਛੇ ਪ੍ਰਗਟ ਜਾਣੀਆਂ, ਇਹ ਪਤਾ ਹੀ ਨਾ ਲੱਗਣਾ ਕਿਹੜੀਆਂ ਖੜੀਆਂ ਖਾ ਰਹੀਆਂ ਤੇ ਕਿਹੜੀ ਨਹੀਂ ਖਾ ਰਹੀਆਂ। ਹਾਂ ਸਹੀ ਆ ਕੰਮ ਨਹੀਂ। ਹਾਂ ਇਸੇ ਦੇ ਨਾਲ ਇਹ ਵਲੌਗ ਹੁੰਦਾ ਹੈ ਖਤਮ, ਅਤੇ ਅਗਲਾ ਵਲੌਗ ਹੋਏਗਾ ਅਨਬੋਕਸਿੰਗ ਦਾ, ਮਨਦੀਪ ਨੇ ਕੀ ਲਿਆਂਦਾ ਸਰਪ੍ਰਾਈਜ਼ ਸਰਪ੍ਰਾਈਜ਼, ਅਤੇ ਮਿਲਦੇ ਹਾਂ ਜੇ ਆਪਣੀਆਂ ਨਿੱਕੀਆਂ ਵੀਡੀਓ ਵੇਖਣੀਆਂ ਤਾਂ ਆਪਣਾ ਇੰਸਟਾਗ੍ਰਾਮ ਹੈਗਾ ਬਲਕਰਨ 157 ਅਤੇ ਸਨੈਪਚੈਟ ਹੈਗੀ ਸੰਧੂ SUN22। ਬਾਕੀ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ। ਬਾਏ ਬਾਏ ਟਾਟਾ।